ਆਪਦੇ ਬੱਚਿਆਂ ਦੀ ਜਿੱਦ ਪਕਾਉਣ ਦੇ ਚੱਕਰ 'ਚ ਯਾਰ ਦੂਜਿਆਂ ਦੀਆਂ ਜਾਨਾਂ ਨਾ ਲਓ, ਦੂਜਿਆਂ ਦੇ ਨੁਕਸਾਨ ਨਾ ਕਰੋ। ਠੀਕ ਹੈ, ਤੁਹਾਡਾ ਤੁਹਾਨੂੰ ਲਾਡਲਾ ਹੈਗਾ, ਉਹਨੂੰ ਵਿਹੜੇ 'ਚ ਭਜਾਈ ਫਿਰਨ ਦਿਓ, ਆਪੇ ਕੰਧ ਕੁੰਧ 'ਚ ਟੱਕਰ ਮਾਰ ਲਊਗਾ, ਕੋਈ ਗੱਲ ਨਹੀਂ। ਲੋਕਾਂ ਦੀ ਜਾਨਾਂ ਨਾਲ ਕਿਉਂ ਖੇਡਦੇ ਹੋ? ਪੁਲਿਸ ਵਾਲੇ ਨੇ ਜਿਹੜੇ ਟਰੈਫਿਕ ਨੂੰ ਕੰਟਰੋਲ ਕਰਦੇ ਨੇ, ਉਹ ਵੀ ਵੀਡੀਓ ਦੇਖਦੇ ਹੋਣਗੇ। ਹੁਣ ਤਕਰੀਬਨ ਕਿਤੇ ਨਾ ਕਿਤੇ ਨਾਕਾ ਲਾ ਲਿਆ ਜਾਂਦਾ ਵੀ ਆ ਜਾਓ ਵੀ ਆ ਜਾਓ, ਤੁਹਾਡੇ ਚਲਾਣ ਕੱਟੀਏ। ਕੀ ਉਹ ਚਲਾਣ ਸਾਨੂੰ ਸੁਧਾਰਨ ਵਾਸਤੇ ਨੇ ਜਾਂ ਸਿਰਫ ਗੌਰਮੈਂਟ ਦਾ ਖਜ਼ਾਨਾ ਭਰਨ ਵਾਸਤੇ? ਪਹਿਲੀ ਗੱਲ ਤਾਂ ਮੈਂ ਸਮਝਦਾ ਵੀ ਚਲਾਣ ਸੜਕ ਦੇ ਉੱਤੇ ਕੱਟਣੇ ਨਹੀਂ ਚਾਹੀਦਾ, ਚਲਾਣ ਤਾਂ ਚੰਡੀਗੜ੍ਹ ਦਿੱਲੀ ਵਾਂਗੂ ਘਰ ਹੀ ਪਹੁੰਚਣਾ ਚਾਹੀਦਾ। ਮਸਲਾ ਤਾਂ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਵੀ ਜਿਹੜੇ ਇਹ ਸਕੂਲੀ ਬੱਚੇ ਮੋਟਰਸਾਈਕਲ ਭਜਾਉਂਦੇ ਨੇ ਸਭ ਤੋਂ ਵੱਧ ਹਾਦਸੇ ਹੁੰਦੇ ਨੇ। ਬੱਚੇ ਦੀ ਜਿੱਦ ਪੂਰੀ ਕਰਨਾ ਉਹ ਜ਼ਰੂਰੀ ਹੋ ਜਾਂਦਾ ਕਿ ਉਹਦੀ ਜਾਨ ਤੋਂ ਵੱਡੀ ਜਿੱਦ ਹੋ ਜਾਂਦੀ ਹੈ? ਨਹੀਂ, ਇੱਥੇ ਤਾਂ ਇਹੀ ਲੱਗਦਾ ਵੀ ਜਿੱਦ ਜ਼ਰੂਰੀ ਹੈ, ਜਾਨ ਜੂਨ ਤਾਂ ਕੋਈ ਗੱਲ ਨਹੀਂ, ਆਪਣੇ ਜਵਾਕ ਦੇ ਨਹੀਂ ਜਾਓ ਕਿਸੇ ਦੇ ਵਗਜੂ, ਫਿਰ ਕੀ ਗੱਲ ਹੈ? ਇੱਥੇ ਥੋੜ੍ਹਾ 150 ਕਰੋੜ ਦੀ ਵਰਦੀਆਂ ਮਰ ਜਾਣਗੇ, ਫਿਰ ਕੀ ਹੁੰਦਾ? ਸਾਡੀ ਤਾਂ ਮੈਨੂੰ ਤਾਂ ਲੱਗਦਾ ਇਹੀ ਸੋਚ ਹੈ। ਮਾਂ ਬਾਪ ਦੀ ਗਲਤੀ ਸਮਝੋ ਕਿ ਬੱਚੇ ਦੀ ਜਿੱਦ ਹੈ? ਨਹੀਂ, ਕੁਛ ਵੀ ਲਾ ਲਓ, ਅੱਖਾਂ ਤਾਂ ਮਾਂ ਬਾਪ ਦੇ ਵੀ ਨੇ ਨਾ, ਕਿਉਂਕਿ ਮੋਟਰਸਾਈਕਲ ਉਹਨਾਂ ਨੇ ਆਪਦੇ ਬੱਚੇ ਦੀ ਜਿੱਦ ਪੂਰੀ ਕੀਤੀ, ਜਿਹੜੇ ਬਗਾਨੇ ਦੀ ਜਾਨ ਲੈਣਗੇ ਉਹ। ਅਸੀਂ ਅਕਸਰ ਗੱਲ ਕਰਦੇ ਹਾਂ ਵੀ ਟਰੱਕਾਂ ਵਾਲੇ ਬਹੁਤ ਤੇਜ਼ ਚਲਾਉਂਦੇ ਨੇ, ਜਦਕਿ ਮੈਂ ਅੱਜ ਤੱਕ ਇਹ ਦੇਖਿਆ ਵੀ ਟਰੱਕ ਨੂੰ ਮੈਂ ਅੱਜ ਤੱਕ 100 ਪਿੱਛੇ ਇੱਕ ਫਾਊਲ ਹੁੰਦਾ ਵੀ ਨਹੀਂ ਦੇਖਿਆ ਟਰੱਕ ਤੋਂ। ਟਰੱਕ ਗੱਡੀ ਐਡੀ ਵੱਡੀ ਹੈ, ਪਰ ਇਹ ਲੋਡਡ ਗੱਡੀ ਹੈ ਯਾਰ, ਇਹਦਾ ਵਜ਼ਨ ਲੱਗਿਆ, ਕੱਟ ਉਹ ਨਹੀਂ ਮਾਰ ਸਕਦਾ, ਇੱਕ ਦਮ ਬ੍ਰੇਕ ਉਹ ਨਹੀਂ ਮਾਰ ਸਕਦਾ, ਉਹਦੇ ਕੋਲ ਇੱਕ ਲਿਮਿਟ ਹੈ, ਉਹਦੇ ਮੂਹਰੇ ਐਂ ਲਹਿਰੀਏ ਪਹੁੰਚ ਜਾਂਦੇ ਹੁੰਦੇ ਨੇ, ਹਜ਼ਾਰਾਂ ਨਹੀਂ ਲੱਖਾਂ ਹੀ ਬਿਨਾਂ ਲਾਇਸੈਂਸ ਤੋਂ ਤੁਰੀ ਫਿਰਦੇ। ਮੈਂ ਤਾਂ ਕਹਿੰਦਾ ਵੀ ਜਿੰਨੀ ਦੇਰ ਪਹਿਲਾਂ ਪਤਾ ਤਾਂ ਲੈ ਲਓ, ਜਾਂ ਤਾਂ ਇੱਕ ਪਨਿਸ਼ਮੈਂਟ ਲਾ ਲਓ ਵੀ ਕਿਸੇ ਦਾ ਲੱਭ ਗਿਆ, ਪੁਲਿਸ ਚੈੱਕ ਕਰੇ, ਉਹਨੂੰ ਕੁਛ ਨਾ ਕਹੇ, ਸਿਰਫ ਉਹਦੇ ਮਾਂ ਬਾਪ ਨੂੰ ਸਿੱਧਮ ਸਿੱਧਾ ਅੰਦਰ ਦੀ ਹਵਾ ਦਵਾ ਦਿੱਤੀ ਜਾਵੇ। ਪਰ ਅਸੀਂ ਇਹ ਕਰਦੇ ਵੀ ਇਹ ਹਵਾ ਉਦੋਂ ਦਵਾਉਂਦੇ ਹਾਂ ਜਦੋਂ ਕਿਸੇ ਦਾ ਮਰ ਜਾਂਦਾ ਹੈ। ਲਾਇਸੈਂਸ ਹੈ ਨਹੀਂ, ਉਹਦੇ ਬਾਰੇ ਜਾਣਕਾਰੀ ਕੋਈ ਨਹੀਂ ਹੈ, ਤਕਨੀਕੀ ਜਾਣਕਾਰੀ ਬਿਲਕੁਲ ਹੀ ਨਹੀਂ ਹੈਗੀ। ਮੈਂ ਖੁਦ ਐਡਮਿਟ ਕਰਦਾ, ਮੈਂ ਦੁਨੀਆ ਭਰ ਦੀ ਮਸ਼ੀਨਰੀ ਨਾਲ ਡੀਲ ਕੀਤਾ, ਪਰ ਉੱਥੇ ਡਰਾਈਵਿੰਗ ਸੈਂਟਰ 'ਚ ਜਾ ਕੇ ਮੈਨੂੰ ਇਹ ਲੱਗਿਆ ਵੀ ਨਹੀਂ, ਸਾਨੂੰ ਬਹੁਤ ਕੁਛ ਨਹੀਂ ਸੀ ਪਤਾ। ਅਸੀਂ ਬਾਂਦਰਾਂ ਦੇ ਹੱਥ 'ਚ ਬਲੇਡ ਫੜਾਤੇ, ਕਿਸੇ ਦੇ ਸਿਰ ਦੇ ਉੱਤੇ ਹੈਲਮਟ ਨਹੀਂ, ਕਿਸੇ ਕੋਲ ਲਾਇਸੈਂਸ ਨਹੀਂ, ਕਿਸੇ ਨੂੰ ਪ੍ਰੋਪਰ ਉਹਦੀ ਜਾਣਕਾਰੀ ਨਹੀਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰਹਿਮਤ ਟੀਵੀ ਨਾਲ ਜੁੜੇ ਹੋ ਤੁਸੀਂ ਅਤੇ ਮੈਂ ਹਰਵਿੰਦਰ ਖੰਨਾ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਕਹਿੰਦਾ ਸੜਕ ਦੇ ਉੱਤੇ ਅੱਜ ਦੇ ਸਮੇਂ ਦੇ ਵਿੱਚ ਹਾਦਸਿਆਂ ਦੀ ਜਿਹੜੀ ਗਿਣਤੀ ਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਆਪਾਂ ਦੇਖ ਰਹੇ ਹਾਂ ਕਿ ਗੱਲਾਂ ਇੱਥੇ ਤੱਕ ਆ ਜਾਂਦੇ ਨੇ ਕਿ ਜਦੋਂ ਕੋਈ ਨਵੀਂ ਗੱਡੀ ਵੀ ਖਰੀਦਦਾ ਉਹਦੇ ਵਿੱਚ ਵੀ ਹਾਦਸਾ ਹੋ ਜਾਂਦਾ ਅਗਲਾ। ਆਪਾਂ ਬੇਸ਼ੱਕ ਜਿਵੇਂ ਪਰਮਾਤਮਾ ਨੂੰ ਮੰਨਣ ਵਾਲੇ ਲੋਕ ਹਾਂ, ਆਪਾਂ ਉਸਦਾ ਭਾਣਾ ਮੰਨ ਕੇ ਕਹਿ ਦਿੰਦੇ ਹੁੰਦੇ ਕਿ ਚਲੋ ਜੋ ਲਿਖਿਆ ਸੀ ਉਹ ਹੀ ਹੋਇਆ, ਪਰ ਕਿਤੇ ਨਾ ਕਿਤੇ ਗੱਲ ਇਹ ਵੀ ਆ ਜਾਂਦੀ ਹੈ ਕਿ ਜਿਹੜੇ ਡਰਾਈਵਰ ਨੇ, ਆਪਾਂ ਸਾਰਿਆਂ ਦੀ ਗੱਲ ਨਹੀਂ ਕਰ ਰਹੇ, ਕਿ ਜ਼ਿਆਦਾਤਰ ਡਰਾਈਵਰ ਐਸੇ ਆ ਜਾਂਦੇ ਨੇ ਕਿ ਜਿਨ੍ਹਾਂ ਨੇ ਲਾਇਸੈਂਸ ਬਣਵਾਏ ਹੋਏ ਨੇ ਜਾਂ ਲਾਇਸੈਂਸ ਨਹੀਂ ਵੀ ਬਣਵਾਏ ਹੋਏ, ਜਾਂ ਬਣਵਾਉਣ ਤੋਂ ਬਾਅਦ ਵੀ ਉਹ ਇੰਨੀ ਖੁੱਲ੍ਹ ਕੇ ਉਸ ਵਾਹਨ ਨੂੰ ਨਹੀਂ ਚਲਾ ਪਾਉਂਦੇ ਜਿਹਦੇ ਨਾਲ ਹਾਦਸੇ ਦਾ ਜਿਹੜਾ ਸ਼ਿਕਾਰ ਆਪ ਉਹ ਹੁੰਦੇ ਹੀ ਵੀ ਨੇ ਅਤੇ ਦੂਜੇ ਦਾ ਨੁਕਸਾਨ ਵੀ ਹੋ ਜਾਂਦਾ। ਇਸੇ ਟੋਪਿਕ ਦੇ ਉੱਤੇ ਗੱਲਬਾਤ ਕਰਾਂਗੇ, ਸਾਡਾ ਜੈ ਸਿੰਘ ਜੀ ਧੂਰੀ ਹੋਣਗੇ, ਤੁਸੀਂ ਇਹਨਾਂ ਦੀ ਵੀਡੀਓ ਨੂੰ ਬੜਾ ਪਿਆਰ ਦਿੰਦੇ ਹੋ, ਅੱਜ ਵੀ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸ਼ੁਰੂਆਤ ਦੇ ਵਿੱਚ ਇੱਕ ਗੱਲ ਕਹੀ ਕਿ ਹੁਣ ਤਾਂ ਇਹ ਗੱਲ ਹੋ ਚੁੱਕੀ ਹੈ ਕਿ ਜੇ ਘਰੋਂ ਨਿਕਲਣਾ ਤਾਂ ਸਿਰ 'ਤੇ ਕਫਨ ਬੰਨ ਕੇ ਨਿਕਲਣਾ ਪੈਂਦਾ ਕਿ ਭਾਈ ਅੱਜ ਜਾ ਰਹੇ ਹਾਂ ਡਰਾਈਵ 'ਤੇ, ਸੜਕਾਂ 'ਤੇ ਨਿਕਲਣਾ ਜੀ, ਕਿ ਸ਼ਾਮ ਨੂੰ ਪਤਾ ਨਹੀਂ ਸਹੀ ਢੰਗ ਨਾਲ ਮੁੜਾਂਗੇ ਨਹੀਂ ਮੁੜਾਂਗੇ, ਡਰ ਰਹਿੰਦਾ ਇੱਕ ਦਿਨ ਦੇ ਵਿੱਚ। ਕੀ ਲੱਗਦਾ ਕੀ ਕਰਨਾ, ਰਫ਼ਤਾਰ ਮਾੜੀ ਹੋ ਗਈ ਕਿ ਚਲਾਈ ਉਹ ਮਾੜੀ ਹੋ ਗਈ? ਨਹੀਂ, ਚਲਾਈ ਬਾਰੇ ਪਤਾ ਹੀ ਨਹੀਂ, ਅਸੂਲ ਗਲਤ ਹੋ ਗਏ, ਆਪ ਹੁਦਰਾਪਣ ਹੋ ਗਿਆ, ਜਿੱਧਰ ਨੂੰ ਜਿਹੜਾ ਦੇਖਿਆ ਭਜਾਈ ਤੁਰਿਆ ਜਾਂਦਾ, ਅਤੇ ਕੋਈ ਰੂਲ ਨਹੀਂ ਰਿਹਾ। ਤੁਸੀਂ ਗੱਡੀ ਸੱਜਿਓ ਕੱਢ ਲਓ, ਖੱਬੇ ਕੱਢ ਲਓ, ਪਤਾ ਹੀ ਲੱਗਦਾ ਵੀ ਇੰਡੀਆ 'ਚ ਰਾਈਟ ਹੈਂਡ ਡਰਾਈਵ ਹੈ ਜਾਂ ਲੈਫਟ ਹੈਂਡ ਡਰਾਈਵ। ਹਾਈਵੇ ਦੇ ਉੱਤੇ ਇੱਕ ਵਾਹਨ ਖੱਬੇ ਪਾਸੇ ਤੁਰਿਆ ਜਾਂਦਾ ਅਤੇ ਇੱਕ ਸੱਜੇ ਪਾਸੇ ਤੁਰਿਆ ਜਾਂਦਾ, ਅਤੇ ਵਿਚਾਲਾ ਪਿਛਲਾ ਆਉਂਦਾ ਕਿੱਧਰ ਨੂੰ ਜਾਵੇ? ਪਰ ਫਿਰ ਵੀ ਸਰਕਾਰ ਨੇ ਤਾਂ ਭਾਈ ਬੜੇ ਪੂਰਾ ਪੱਖਤਾ ਸਬੂਤ ਐਂ ਰੱਖਦੇ ਨੇ ਸਟ੍ਰਿਕਨੈਸ, ਕਿ ਸਾਨੂੰ ਕੋਈ ਮੁਸ਼ਕਿਲ ਨਾ ਆਵੇ। ਮੰਨ ਲਓ ਜੇ ਮੈਂ ਡਰਾਈਵਿੰਗ ਲਾਇਸੈਂਸ ਬਣਵਾਉਣਾ ਹੈ ਤਾਂ ਮੈਨੂੰ ਬਕਾਇਦਾ ਉਹਦੀ ਮੇਰੀ ਟ੍ਰੇਨਿੰਗ ਹੁੰਦੀ ਆ, ਉਹ ਪ੍ਰੋਪਰ ਮੈਨੂੰ ਦਿਖਾਉਂਦੇ ਨੇ ਕਿ ਕਿੱਥੇ ਕਿੱਥੇ ਜਾ ਕੇ ਸਿੱਖਣਾ। ਇੱਕ ਦੋ ਗੱਲਾਂ ਕਹਿਣੀਆਂ ਚਾਹੂੰਗਾ ਮੈਂ। ਤਕਰੀਬਨ ਸਨ 84-85 ਤੋਂ ਮੇਰਾ ਲਾਇਸੈਂਸ ਬਣਿਆ ਹੋਇਆ, ਗੱਡੀਆਂ ਚਲਾਉਂਦੇ 40 ਸਾਲ ਦੇ ਲਗਭਗ ਹੋਣ ਵਾਲੇ ਪਿੱਛੇ, ਕਿਉਂਕਿ ਮੇਰਾ ਹੈਵੀ ਦਾ ਲਾਇਸੈਂਸ ਵੀ ਹੈ, ਮੈਨੂੰ ਰਿਨਿਊ ਕਰਾਉਣਾ ਪੈ ਗਿਆ ਅਤੇ ਮੈਨੂੰ ਕਿਹਾ ਗਿਆ ਵੀ ਤੁਸੀਂ ਮਾਹੋਵਾਣੇ ਸੈਂਟਰ 'ਚ ਜਾਓ, ਜਿਹੜਾ ਬਲੱਡ ਬਣਿਆ ਹੋਇਆ ਇੱਧਰ ਬਠਿੰਡੇ ਤੋਂ, ਬਠਿੰਡੇ ਤੋਂ ਮਲੋਟ ਲੱਗ ਗਿਆ।
ਅਤੇ ਮੈਂ ਬੜਾ ਦੁਖੀ ਹੋਇਆ ਵੀ ਯਾਰ ਹੁਣ 40 ਸਾਲ ਗੱਡੀ ਚਲਾਉਂਦੇ ਹੋ ਗਏ, ਉੱਥੇ ਸਾਨੂੰ ਨਵਾਂ ਕੀ ਸਿਖਾਉਣਗੇ। ਅਤੇ ਮੈਂ ਸੱਚੀ ਗੱਲ ਹੈ ਵੀ ਮੈਂ ਤਿੱਖਾ ਲਿਖਿਆ ਵੀ ਇਹਦੇ ਪ੍ਰਤੀ ਵੀ ਇਹ ਕੀ ਕਾਰਵਾਈ ਹੈ, ਕੀ ਅਸੀਂ ਗੱਡੀ ਚਲਾਉਣਾ ਭੁੱਲ ਗਏ ਜਾਂ ਕੀ ਚੱਕਰ ਹੈ। ਉੱਥੇ ਪਹੁੰਚ ਕੇ ਅਸੀਂ ਕਲਾਸ ਜੁਆਇਨ ਕੀਤੀ, 2 ਦਿਨ ਦੀਆਂ ਕਲਾਸਾਂ ਸਾਡੀਆਂ ਲੱਗੀਆਂ ਅਤੇ 4 ਜਣੇ ਨੇ ਸਾਨੂੰ ਪੜ੍ਹਾਇਆ ਅਲੱਗ ਅਲੱਗ ਪੀਰੀਅਡ, 2 ਦਿਨ ਅਸੀਂ ਲਾਏ। ਤਾਂ ਯਕੀਨ ਮੰਨਿਓ ਵੀ ਉੱਥੇ ਜਾ ਕੇ ਇੱਕ ਚੀਜ਼ ਮਹਿਸੂਸ ਹੋਈ ਵੀ ਸੱਚੀ ਸਾਨੂੰ ਗੱਡੀ ਚਲਾਉਣੀ ਨਹੀਂ ਸੀ। ਇਹੋ ਜਿਹਾ ਕੀ ਦੱਸਤਾ ਉਹਨਾਂ ਨੇ ਕਿ ਜਿਹੜਾ 40 ਸਾਲ ਦਾ ਐਕਸਪੀਰੀਅੰਸ, 40 ਸਾਲ ਦਾ ਐਕਸਪੀਰੀਅੰਸ ਮਿੱਟੀ ਹੋ ਗਿਆ। ਅਤੇ ਤੀਜੀ ਗੱਲ, ਮੈਂ ਏਜੰਟ ਨੂੰ ਵੀ ਕਹਿੰਦਾ ਰਿਹਾ ਵੀ ਯਾਰ ਜਿਹੜੇ 2 ਪੈਸੇ ਲੱਗਦੇ ਨੇ ਲਾ, ਮੈਨੂੰ ਕਿਉਂ ਉੱਥੇ ਫਾਹੇ ਦਿੱਤਾ, ਮੈਂ ਕਾਰੋਬਾਰੀ ਬੰਦਾ ਕਿ ਮੈਂ ਕੀ ਕਰੂੰਗਾ ਉੱਥੇ ਜਾ ਕੇ। ਬਿਲਕੁਲ, ਮੈਂ ਕੈਮਰੇ 'ਤੇ ਦੇਖੋ ਪਬਲਿਕ ਦੇ ਸਾਹਮਣੇ ਇਹ ਗੁਨਾਹ ਦਾ ਮੰਨਦਾ ਵੀ ਮੈਂ ਕੋਸ਼ਿਸ਼ ਕਰੀ ਵੀ ਮੈਨੂੰ ਉੱਥੇ ਨਾ ਜਾਣਾ ਪਵੇ ਕਿਉਂਕਿ ਗੱਡੀਆਂ ਮੈਂ ਚਲਾਉਂਦਾ ਰਿਹਾ ਪੁਰਾਣੀਆਂ। ਅਤੇ ਪਰੰਤੂ ਉੱਥੇ ਜਾਣ ਤੋਂ ਬਾਅਦ ਮੈਂ ਇੱਕੋ ਹੀ ਫੈਸਲਾ ਲਿਆ ਵੀ ਜਿੰਨਾ ਮੇਰਾ ਗਰੁੱਪ ਹੈ, ਜਿੰਨੇ ਮੇਰੇ ਕੋਲ ਬੱਚੇ ਕੰਮ ਸਿੱਖਣ ਆਉਂਦੇ ਨੇ, ਇਹਨਾਂ ਨੂੰ ਇੱਕ ਨਹੀਂ, ਇਹਨਾਂ ਨੂੰ 2 ਵਾਰ ਉੱਥੇ ਭੇਜਣਾ। ਪਹਿਲਾਂ ਤੁਸੀਂ 1 ਵਾਰ ਨਹੀਂ ਮੰਨਦੇ ਸੀ, ਹਾਂ ਫਿਰ ਹੁਣ 2 ਵਾਰ ਵੀ 2 ਵਾਰ ਉੱਥੇ ਬੱਚਿਆਂ ਨੂੰ ਭੇਜਣਾ ਜ਼ਰੂਰੀ ਹੈ ਕਿਉਂਕਿ ਸਾਨੂੰ ਸਟੇਅਰਿੰਗ ਸੰਭਾਲਣਾ ਆਉਂਦਾ, ਰੇਸ ਦੇਣੀ ਆਉਂਦੀ ਹੈ, ਬ੍ਰੇਕ ਵੀ ਲਾਉਣੇ ਆਉਂਦੇ ਨੇ, ਜਿਹੜੀਆਂ ਇਹਦੇ ਨਾਲ ਹੋਰ ਮਸਲੇ ਜੁੜੇ ਹੋਏ ਨੇ ਉਹ ਸਾਨੂੰ ਪਤਾ ਹੀ ਨਹੀਂ। ਜਿਵੇਂ ਕਿ ਮੈਂ ਜ਼ਰੂਰ ਜਾਣਨਾ ਚਾਹੁੰਦਾ, ਹਾਂ ਜਿਵੇਂ ਕਿ ਲਾਇਸੈਂਸ ਹੈ, ਲਾਇਸੈਂਸ ਬਣਿਆ ਹੋਇਆ, ਹੁਣ ਹਰ ਬੱਚਾ ਕਹਿੰਦਾ ਮੇਰਾ ਲਾਇਸੈਂਸ ਤਾਂ ਬਣਿਆ ਹੋਇਆ, ਠੀਕ ਹੈ ਕੁਛ ਮੈਂ ਮਰਜ਼ੀ ਕਰਾਂ, ਪਰ ਅੱਧੇ ਤੋਂ ਜ਼ਿਆਦਾ ਪਬਲਿਕ ਨੂੰ ਇਹ ਨਹੀਂ ਪਤਾ ਵੀ ਉਹਦਾ ਲਾਇਸੈਂਸ ਬਣਿਆ ਕਿਸ ਚੀਜ਼ ਦਾ ਹੋਇਆ। ਇਹ ਸਭ ਤੋਂ ਵੱਡੀ ਪ੍ਰੋਬਲਮ ਹੈ। ਉਹ LMB ਦਾ, ਮੋਟਰਸਾਈਕਲ ਦਾ, ਕਾਰ ਦਾ, ਸਕੂਟਰ ਦਾ, ਤਾਂ ਉੱਥੇ ਜਾ ਕੇ ਇੱਕ ਚੀਜ਼ ਪਤਾ ਲੱਗਿਆ ਵੀ ਇਹ ਨਹੀਂ ਹੈ ਜੇ ਤੁਹਾਡਾ ਵੱਡਾ ਲਾਇਸੈਂਸ ਬਣ ਗਿਆ ਤੁਸੀਂ ਕੁਛ ਵੀ ਚਲਾਓ, ਹਰ ਚੀਜ਼ ਲਈ ਤੁਹਾਨੂੰ ਅਲੱਗ ਅਲੱਗ ਲਾਇਸੈਂਸ ਦੀ ਕੈਟਾਗਰੀ ਜੁਆਇਨ ਕਰਨੀ ਪਏਗੀ। ਹੁਣ ਜਿਵੇਂ ਅਗਲਾ ਇਹ ਕਹਿ ਦਿੰਦਾ ਜੋ ਆਪਾਂ ਕਹਿੰਦੇ ਹਾਂ ਆਮ ਭਾਸ਼ਾ ਦੇ ਵਿੱਚ ਹੈ, ਜਿਹੜਾ ਲੌਂਗ ਹੋ ਗਿਆ ਉਹ ਤਾਂ ਕਹਿੰਦੇ ਗੱਡੀ ਚਲਾਉਣ ਲੱਗ ਗਿਆ, ਫਿਰ ਉਹਦੇ ਬਾਅਦ ਕਹਿੰਦੇ ਵੱਡੀ ਗੱਡੀ ਚਲਾਉਣੀ ਜਿਵੇਂ ਇਨੋਵਾ, ਫਾਰਚੂਨਰ ਜਾਂ ਇਹ ਨਹੀਂ, ਉਹ ਕੰਮ ਮੁੱਕ ਗਿਆ, ਉਹ ਫਿਰ ਕਹਿੰਦੇ ਜਦੋਂ ਟਰੱਕ ਤੱਕ ਪਹੁੰਚਦੇ ਆ ਉਹ ਆ ਗਈ ਹੈਵੀ ਗੱਡੀ। ਇੱਕੋ ਹੀ ਗੱਲ ਦੱਸਣਾ ਚਾਹੁੰਦਾ, ਮੇਰੇ ਬਹੁਤ ਸਾਰੇ ਜਿਹੜੇ ਮਿੱਤਰ ਨੇ ਪੁਲਿਸ ਵਾਲੇ ਨੇ ਜਿਹੜੇ ਟਰੈਫਿਕ ਨੂੰ ਕੰਟਰੋਲ ਕਰਦੇ ਨੇ, ਉਹ ਵੀ ਵੀਡੀਓ ਦੇਖਦੇ ਹੋਣਗੇ। ਹੁਣ ਤਕਰੀਬਨ ਕਿਤੇ ਨਾ ਕਿਤੇ ਨਾਕਾ ਲਾ ਲਿਆ ਜਾਂਦਾ ਵੀ ਆਜੋ ਵੀ ਆਜੋ, ਤੁਹਾਡੇ ਚਲਾਣ ਕੱਟੀਏ। ਕੀ ਉਹ ਚਲਾਣ ਸਾਨੂੰ ਸੁਧਾਰਨ ਵਾਸਤੇ ਨੇ ਜਾਂ ਸਿਰਫ ਗੌਰਮੈਂਟ ਦਾ ਖਜ਼ਾਨਾ ਭਰਨ ਵਾਸਤੇ? ਕਿ ਜੇ ਤਾਂ ਉੱਥੇ ਛਿੱਤਰ ਵੱਜਣ ਜਾਂ ਕੁਛ ਉਹਨਾਂ ਨੂੰ ਲਰਨਿੰਗ ਮਿਲੇ ਜਾਂ ਉਹਨਾਂ ਨੂੰ ਕੁਛ ਇਹੋ ਜਿਹਾ ਤਰੀਕਾ ਮਿਲੇ ਵੀ ਉਹ ਬੰਦਾ ਦੁਬਾਰਾ ਫਾਊਲ ਕਰਨ ਦੀ ਨਾ ਸੋਚੇ, ਫਿਰ ਤਾਂ ਚਲਾਉਣ ਦਾ ਮਤਲਬ ਸਮਝ ਆਉਂਦਾ। ਨਹੀਂ ਤਾਂ ਉਹ ਸਿਵਾਏ ਇੱਕ ਸਰਕਾਰ ਦੇ ਪੈਸੇ ਇਕੱਠੇ ਕਰਨ ਤੋਂ ਸਿਵਾਏ ਹੋਰ ਕੁਛ ਨਹੀਂ ਹੋਇਆ। ਚਲਾਣ ਉੱਥੇ ਕੱਟਦਾ ਹੁੰਦਾ ਦੇਖ ਲੈਂਦਾ, ਕੋਈ ਨਾ ਕੋਈ ਫੋਨ ਕੰਨ 'ਚੋਂ ਜੇਬ 'ਚੋਂ ਕੱਢ ਕੇ ਅਫਸਰ ਮੂਹਰੇ ਕਰ ਦਿੰਦਾ ਫੋਨ ਕਰ, ਸੁਣਿਓ ਜੀ ਕਿਸੇ MLA ਦਾ, ਕਿਸੇ ਹੋਰ ਦਾ, ਸਾਨੂੰ ਜਾਣ ਦਿਓ ਜੀ ਬੱਚੇ ਨੂੰ। ਦੇਖੋ ਹੁਣ ਇੱਕੋ ਹੀ ਗੱਲ ਹੈ ਵੀ ਲਾਇਸੈਂਸ ਉੱਥੇ ਪਹਿਲੀ ਕੰਡੀਸ਼ਨ ਹੈ ਵੀ ਲਾਇਸੈਂਸ ਹੋਣਾ ਚਾਹੀਦਾ। ਮੈਂ ਇੱਕ ਚੀਜ਼ ਤੋਂ ਬੜਾ ਹੈਰਾਨ ਹਾਂ ਵੀ ਜਿੰਨੇ ਸਾਡੇ ਹਾਈ ਸਕੂਲ, ਸੈਕੰਡਰੀ ਸਕੂਲ ਨੇ, ਸਾਰਿਆਂ ਦੇ ਵਿੱਚ ਘੱਟੋ ਘੱਟ ਜਾ ਕੇ ਦੇਖੋ ਵੀ 100 ਤੋਂ ਉੱਪਰ ਮੋਟਰਸਾਈਕਲ ਇੱਕ ਕਾਲਜ ਜਾਂ ਸਕੂਲ 'ਚ ਹੁੰਦਾ। ਸਕੂਲ 'ਚ ਖਾਸ ਕਰਕੇ ਮੈਂ ਗੱਲ ਕਰ ਰਿਹਾ ਕਿਉਂਕਿ ਸਕੂਲੀ ਬੱਚਿਆਂ ਦੀ ਜਿਹੜੀ ਉਮਰ ਹੈ ਉਹ ਕੁਦਰਤੀ ਤੌਰ 'ਤੇ ਵੀ 15 ਜਾਂ 16 ਸਾਲ ਹੁੰਦੀ ਹੈ, ਜਿਹਦੇ ਵਿੱਚ ਕਿ ਲਾਇਸੈਂਸ ਲੈਣਾ ਸੰਭਵ ਹੀ ਨਹੀਂ। ਹਾਂ, 12ਵੀਂ ਦੀ ਜਵਾਕਾਂ ਦੀ ਉਮਰ ਇੰਨੇ ਕੁ ਦੇ ਨੇੜੇ, ਫਿਰ ਉਹ ਇੰਨੇ ਮੋਟਰਸਾਈਕਲ ਕਿੱਥੋਂ ਆ ਗਏ? ਇਹਦਾ ਮਤਲਬ ਸਾਰਿਆਂ ਕੋਲ ਕਿਸੇ ਕੋਲ ਲਾਇਸੈਂਸ ਨਹੀਂ। ਜੇ ਲਾਇਸੈਂਸ ਹੈਗਾ ਤਾਂ ਉਹਨਾਂ ਨੇ 3-3 ਚੜ੍ਹ ਕੇ ਤੁਰਨਾ, ਸ਼ੋਰ ਸ਼ਰਾਬਾ ਕਰਨਾ, ਉਹ ਹੁੱਲੜਬਾਜ਼ੀ ਕਈ ਵਾਰ ਕਰਨ ਲੱਗ ਜਾਂਦੇ, ਹੁੱਲੜਬਾਜ਼ੀ ਦੇ ਚੱਕਰ 'ਚ ਹੀ ਜਾਨਾਂ ਜਾਂਦੀਆਂ ਨੇ। ਉਦੋਂ ਬਾਅਦ ਅਸੀਂ ਕਹਿੰਦੇ ਵੀ ਸਾਡਾ ਰੱਬ ਰੁੱਸ ਗਿਆ, ਇਹ ਕੀ ਹੋ ਗਿਆ, ਭਾਣਾ ਵਰਤ ਗਿਆ। ਫਿਰ ਸਾਡੇ ਕੋਲ ਉਹਨੂੰ ਐਕਸਕਿਊਜ਼ ਕਰਨ ਲਈ ਬਹੁਤ ਸਾਰੀਆਂ ਗੱਲਾਂ ਨੇ। ਸਾਰਿਆਂ ਤੋਂ ਵੱਡੀ ਗੱਲ ਹੁੰਦੀ ਹੈ ਵੀ ਇਹਦੀ ਆ ਲੱਗੀ ਭਾਈ, ਇਹਦੇ ਇੰਨੇ ਕੀ ਰਲੇ ਹੋਏ ਤੇ, ਇਹਦਾ ਇੰਨਾ ਕੀ ਸਾਥ ਸੀ। ਮੈਂ ਇਹਦੇ ਵਿੱਚ ਨਾ ਇੱਕ ਗੱਲ ਜ਼ਰੂਰ ਐਡ ਕਰਨਾ ਚਾਹੂੰਗਾ ਜੀ। ਮੈਂ ਪੰਜਾਬ 'ਚ ਚਲਾ ਰਿਹਾ, ਠੀਕ ਹੈ ਜੀ, ਸ਼ਹਿਰ 'ਚ ਚਲਾ ਰਿਹਾ, ਸ਼ਹਿਰ ਤੋਂ ਥੋੜ੍ਹਾ ਜਿਹਾ ਬਾਹਰ 40 ਕਿਲੋਮੀਟਰ 50 ਕਿਲੋਮੀਟਰ ਅੱਗੇ ਚਲੇ ਗਿਆ। ਜਦੋਂ ਚੰਡੀਗੜ੍ਹ ਪਹੁੰਚਦਾ ਬੰਦਾ, ਉੱਥੇ ਬੈਲਟਾਂ ਵੀ ਯਾਦ ਆਉਂਦੀਆਂ ਨੇ, ਉੱਥੇ ਸਾਰਾ ਕੁਛ ਸਿੱਧਾ ਹੁੰਦਾ। ਮੈਂ ਉਹੀ ਗੱਲ ਕਹਿਣੀ ਚਾਹੁੰਦਾ ਵੀ ਕੀ ਇਕੱਲਾ ਮਨੀ ਮੇਕਿੰਗ ਪ੍ਰੋਗਰਾਮ ਹੈ, ਹੋਰ ਕੁਛ ਨਹੀਂ ਹੈ। ਪਹਿਲੀ ਗੱਲ ਤਾਂ ਮੈਂ ਸਮਝਦਾ ਵੀ ਚਲਾਣ ਸੜਕ ਦੇ ਉੱਤੇ ਕੱਟਣੇ ਨਹੀਂ ਚਾਹੀਦਾ, ਚਲਾਣ ਤਾਂ ਚੰਡੀਗੜ੍ਹ ਦਿੱਲੀ ਵਾਂਗੂ ਘਰ ਹੀ ਪਹੁੰਚਣਾ ਚਾਹੀਦਾ, ਬਾਅਦ 'ਚ ਪਤਾ ਲੱਗੇ ਵੀ ਕੀ ਹੋਇਆ। ਉੱਥੇ ਕਿਸੇ ਨੂੰ ਰੋਕਣ ਦੀ ਪਰਮਿਸ਼ਨ ਨਹੀਂ ਚਾਹੀਦੀ ਅਤੇ ਕਿਸੇ ਨੂੰ ਕਾਗਜ਼ ਚੈੱਕ ਕਰਨ ਦੀ ਲੋੜ ਨਹੀਂ,
ऑनलाइन का जमाना है, मेरे कल कल पेपर मेरे ऑनलाइन के उत्ते डिजीलॉकर से शो करते हैं वेरीफाइड ने भी गड्डी का स्टेटस की है कि मिनट जो नंबर प्लेट का नंबर भर के पता कर ना जी नंबर प्लेट की एड्डी नॉब तो नहीं आती बहुत कुछ पे वेरीफिकेशन लाइसेंस वेरीफिकेशन मसला तो मैं एक गल दसना चाहता भी जेडे स्कूली बच्चे मोटरसाइकिल भजाते हैं सब तो वह हादसे होंगे ने उत्थे सानू जेडे उन्होंने कानून समझाए जड़ कि अज तो एक इंटरव्यू मेरे को ज़्यादा लंबा समा नहीं है तो मैं थोड़ा तो कहाँगा भी कभी महोवाना जरूर जाके आए उन्होंने दूजा भाग भी जो जरूर बनावे तुम उन्होंने को सू एडे हैरानीजनक गल् दसनगे मसलन ये है भी जे बच्चे को लाइसेंस है नहीं एक्सीडेंट हो गया मूरले किसी का जानी नुकसान हो गया उस हालत की सज़ा हो सकती है उस हालत एदू वी कोई सज़ा नहीं होनी जी हूँ हो रही है कानूनी तौर पर जे कुछ गड़बड़ हो गई बच्चे कोई सज़ा नहीं होंगी तो पर बच्चे 25 साल तक किसी किस्म की पुलिस वेरीफिकेशन या क्लीयरेंस नहीं मिलती 25 साल तक 25 साल की उम्र तक उन्हें चर में फ्यूचर बर्बाद हो जाऊ माँ तो बाप दोहानू जेल है माँ तो प्यो दोहानू जेल की सज़ा है जे बच्चे, बच्चे तो कोई नुकसान हो गया लाइसेंस है नहीं उहदे कोले असीं बहुत नेरे च फिरदे आ भाई फिर की लगता है कि बच्चे की जिद पूरी करना ओह जरूरी हो जाता है कि ओहदी जान तो वड्डी जिद हो जाती है नहीं इत्थे तां ही लगता भी जिद जरूरी है जान जून तो कोई गल नहीं अपने जवाक दे नहीं जाऊ किसी दे बाग जो फिर की गल है इत्थे थोड़ा 150 करोड़ की वादी मर जाएंगे फिर की होंगे साड़ी तो मैं तो लगता यही सोच है माँ बाप माँ बाप की गलती समझ कि बच्चे की जिद नहीं कुछ भी ला लो अखा तो माँ बाप के भी ने ना क्योंकि मोटरसाइकिल उन्होंने आपके बच्चे की जिद पूरी की जे बगाने की जान लैन वह जाओ आपकी आपका नुकसान कर लो आपका तो करे बड़ी खुशी का करे वो तो उन्होंने तैयारी करके दी है ना पता भी इन कुछ नहीं पता वो बावजूद हाथ से दे रहे हैं पर मूल का की कसूर है जिन्हों थले लैणगे असी अक्सर म गल करते हैं भी ट्रकों वाले बहुत तेज चला जबकि मैं अज तक ये देखा भी ट्रक न मैं अज तक 100 पिछे एक फाउल हों नहीं देखे ट्रक तो ट्रक गड्डी एडी वड्डी है भरी लोडड गड्डी है यार इन्हें वजन लगे कट वो नहीं मार सकता एक दम ब्रेक वो नहीं मार सकता वो एक लिमिट है वो मूहरे ए लहरिए पौधे जाते हैं चाहे कार वाले चाहे मोटरसाइकिल है हाँ बसा नहीं ड्राइविंग रैश है बहुत ज़्यादा रैश है क्यों उन्होंने उत्ते सही टाइम पर पहुँचने का प्रेशर है बिना टाइम खुंज जो वे का पर बिना लसेंस वाली तो यार जमी नेर करती है हज़ारा नहीं लखा ही बिना लसेंस तो तुरी फिरते मैं तो कहना भी जिनी देर पहले पता तो ले लो या तो एक पनिशमेंट ला लो भी किसी का लभ गया पुलिस चैक करे उन्हें कुछ ना कहे सिर्फ वो माँ बाप को सीधा सीधा अंदर की हवा दवा दी जाए पर असी ये करते भी ये हवा उदों दबाने जो किसी का मर जाता नुकसान होने तो बाद दबा लेट बहुत हादसे की बहुत माड़ा काम है लाइसेंस है नहीं उहदे बारे जानकारी कोई नहीं है तकनीकी जानकारी बिल्कुल ही नहीं हैगी मैं खुद एडमिट करदा मैं दुनिया भर की मशीनरी नाल डील किया पर उत्थे ड्राइविंग सेंटर च जाके मैनूं इह लग्गिया भी नहीं सानूं बहुत कुछ नहीं सी पता इशारा नहीं पहचान नहीं इन्ना हादसा क्यों हो रहा है उन्होंने एक क्वेश्चन सानूं दस्सिया उन्होंने कहा भी दसो भी दुनिया से सब तो वध खतरनाक जिहड़ी सफर आवाजाई का साधन की है एयरलाइन हवाई जहाज़ तो वध खतरनाक कुछ नहीं हुंदा पर हवाई जहाज़ हादसा किन्ना कु हुंदा लखां चों इक कदे सालां बाद सालां बाद क्योंकि वो लोग तकनीकी तौर पर पूरा चीज़ नूं सही रखदे ने हाँ जहाज़ इन्नी बार उतरदा जां फ्लाई करना असूल असूल तोड़न नहीं दिंदे रूल तोड़न नहीं दिंदे कंट्रोल च रखदे ने ट्रेनां दे हादसे कोई 10-10, 20-20 साल बाद हादसा हुंदा क्योंकि वो तो एहतियात बहुत वरती जाती है सड़कों पर रोज़ घट्टो घट भी हज़ारा लोग मर जाता बेपरवाही साढ़े तो एक मीडिया के कॉमन गल है वो जी बसो जी वो ट्रक वाले की अणगहली करके ट्रक किधर जाए तुम ट्रकों को हटा दो ना रोड तो पहियां पा दो कच्चे से होर हौली हौली तुर लिया कर देंगे इन्हों का की करिए जेडे इस तरह करते जाते हैं तो फिर एक गल होर भी है चलो ए विंगी टेढ़ी करके लंघ भी गई ड्राइवर ने कट मार के बचा भी लिया पिछों फिर वो कहीं घूर के झाकण ड्राइवर कने मतलब वो कह रहे होंगे तेन दीदा नहीं सितम
ਅਸੀਂ ਬਾਂਦਰਾਂ ਦੇ ਹੱਥ 'ਚ ਬਲੇਡ ਫੜਾਤੇ, ਕਿਸੇ ਦੇ ਸਿਰ ਦੇ ਉੱਤੇ ਹੈਲਮਟ ਨਹੀਂ, ਕਿਸੇ ਕੋਲ ਲਾਇਸੈਂਸ ਨਹੀਂ, ਕਿਸੇ ਨੂੰ ਪ੍ਰੋਪਰ ਉਹਦੀ ਜਾਣਕਾਰੀ ਨਹੀਂ। ਪਰ ਭਾਅ ਜੀ ਇਹਦੇ ਵਿੱਚ ਨਾ ਇੱਕ ਹੋਰ ਟ੍ਰੈਂਡ ਮੈਂ ਮੇਰੇ ਦਿਮਾਗ ਦੇ ਵਿੱਚ ਤੁਹਾਡੀ ਗੱਲ 'ਚੋਂ ਗੱਲ ਕੱਢ ਰਿਹਾ ਕਿ ਯੂਟਿਊਬ ਦੇ ਉੱਤੇ ਬਹੁਤ ਐਸੇ ਰਾਈਡਰ ਨੇ ਜਿਹੜੇ ਚਲਾ ਕੇ ਦਿਖਾਉਂਦੇ ਨੇ ਕਿ ਮੈਂ ਅੱਜ 200 ਦੇ ਮੋਟਰਸਾਈਕਲ ਲਾਤਾ, ਮੈਂ 300 ਦੇ ਮੋਟਰਸਾਈਕਲ ਲਾ ਕੇ ਦਿਖਾਊਂਗਾ। ਹਾਲ ਹੀ ਦੇ ਵਿੱਚ ਇੱਕ ਕੋਈ ਬਲੌਗਰ ਸੀਗਾ, ਉਹ 300 ਦੇ ਉੱਤੇ ਸਪੀਡ 'ਤੇ ਮੋਟਰਸਾਈਕਲ ਲਗਾਉਣ ਲੱਗਿਆ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸਦੀ ਡੈਥ ਹੋ ਗਈ। ਹੁਣ ਲੋਕ ਕਿਤੇ ਨਾ ਕਿਤੇ ਬੱਚੇ ਇਹ ਵੀ ਦੇਖ ਰਹੇ ਨੇ ਕਿ ਅਸੀਂ ਇੰਨਾ ਜ਼ਿਆਦਾ ਤੇਜ਼ ਭਜਾ ਕੇ ਦੇਖਾਂਗੇ ਜੀ, ਇੰਨਾ ਤੇਜ਼ ਚਲਾ ਕੇ ਦੇਖਾਂਗੇ। ਉਹ ਭਾਈ ਮਸ਼ੀਨਰੀ ਨੇ ਤਾਂ ਭੱਜੇ ਲੈਣਾ, ਉਹਨੂੰ ਤਾਂ ਪੈਟਰੋਲ ਮਿਲਣਾ ਤਾਂ ਉਹਨੇ ਘੁੰਮ ਪੈਣਾ। ਤੁਸੀਂ ਸੜਕ 'ਤੇ ਆਉਣ ਵਾਲੀ ਗਾਂ ਨੂੰ ਕਿਵੇਂ ਰੋਕੋਗੇ, ਕੁੱਤੇ ਨੂੰ ਕਿਵੇਂ ਹਟਾ ਸਕਦੇ ਹੋ, ਜਿਹਦਾ ਜਿਗਰ ਹੈ ਰੋਡ 'ਤੇ ਤਾਂ ਚੜ੍ਹ ਕੇ ਉਹਨੂੰ ਕਿਵੇਂ ਹਟਾ ਸਕਦੇ ਹੋ। ਠੀਕ ਹੈ ਮਸ਼ੀਨ ਤਾਂ ਭੱਜ ਲੂ, ਮਸ਼ੀਨ ਤਾਂ ਤੁਹਾਡੇ ਜੈਨ ਹੈ, ਮਸ਼ੀਨ ਤਾਂ 500 ਤੋਂ 550 'ਤੇ ਟ੍ਰੇਨ ਵੀ ਟਰੈਲ ਹੋ ਲਈ। ਮਸ਼ੀਨ ਦਾ ਜ਼ੋਰ ਨਾ ਦੇਖੋ, ਆਪਦੀਆਂ ਹੱਡੀਆਂ ਦਾ ਜ਼ੋਰ ਦੇਖੋ, ਜਿਹੜੇ ਟੁੱਟਣਗੇ ਝੱਲ ਲੈਣਗੇ ਕਿ ਨਹੀਂ। ਸਪੇਅਰ ਪਾਰਟ ਮਿਲਦੇ ਨਹੀਂ ਹੈਗੇ, ਉਹਦੇ ਤਾਂ ਮਿਲ ਜਾਣਗੇ ਸਾਰੇ, ਖੁੱਟ ਕੇ ਵੀ ਸਿੱਧਾ ਹੋ ਜੂ। ਨਹੀਂ ਮੈਂ ਦੇਖੋ ਮੀਡੀਆ 'ਤੇ ਬੜੇ ਸ਼ਰੇਆਮ ਐਡਮਿਟ ਕਰਦਾ ਵੀ ਇੰਨੇ ਸਾਲ ਗੱਡੀ ਚਲਾ ਕੇ, ਮੇਰੀ 60 ਸਾਲ ਦੀ ਉਮਰ ਹੋਣ ਵਾਲੀ ਹੈ, ਵੀ ਫਿਰ ਵੀ ਉਸ ਦਿਨ ਮੈਨੂੰ ਉਸ ਡਰਾਈਵਿੰਗ ਸੈਂਟਰ 'ਚ ਜੋ ਮਹੁਆਣੇ ਸਰਕਾਰੀ ਬਣਿਆ, ਇਹ ਲੱਗਿਆ ਸੀ ਵੀ ਯਾਰ ਅਸੀਂ ਐਵੇਂ ਟਾਈਮ ਵੇਸਟ ਕਰ ਚੱਲਿਆ। ਪਰ ਉੱਥੇ ਲੱਗਿਆ ਵੀ ਨਹੀਂ, ਜ਼ਿੰਦਗੀ 'ਚ ਅੱਜ ਪਹਿਲੀ ਵਾਰ ਲੈਸਨ ਮਿਲਿਆ। ਮੈਂ ਸਾਰੇ ਦੋਸਤਾਂ ਨੂੰ ਕਹੂੰਗਾ ਵੀ ਇਹਨਾਂ ਚੀਜ਼ਾਂ ਨੂੰ ਅਵੇਅਰ ਕਰੋ, ਆਪਦੇ ਬੱਚਿਆਂ ਦੀ ਜਿੱਦ ਪਕਾਉਣ ਦੇ ਚੱਕਰ 'ਚ ਯਾਰ ਦੂਜਿਆਂ ਦੀਆਂ ਜਾਨਾਂ ਨਾ ਲਓ, ਦੂਜਿਆਂ ਦੇ ਨੁਕਸਾਨ ਨਾ ਕਰੋ। ਠੀਕ ਹੈ ਤੁਹਾਡਾ, ਤੁਹਾਨੂੰ ਲਾਡਲਾ ਹੈਗਾ, ਉਹਨੂੰ ਵਿਹੜੇ 'ਚ ਭਜਾਈ ਫਿਰਨ ਦਿਓ, ਆਪੇ ਕੰਧ ਕੁੰਧ 'ਚ ਟੱਕਰ ਮਾਰ ਲੂਗਾ, ਕੋਈ ਗੱਲ ਨਹੀਂ। ਲੋਕਾਂ ਦੀ ਜਾਨਾਂ ਨਾਲ ਕਿਉਂ ਖੇਡਦੇ ਹੋ? ਦੂਜਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਵੀ ਜਿਹੜੇ ਬੱਚੇ ਦੇ ਹੱਥ 'ਚ ਬਾਈਕ ਮਿਲ ਗਈ, ਲਾਇਸੈਂਸ ਹੈ ਨਹੀਂ, ਅਵੇਅਰਨੈਸ ਹੈ ਨਹੀਂ, ਸੇਫਟੀ ਸਿਸਟਮ ਪੂਰਾ ਹੈ ਨਹੀਂ, ਉਹਦੇ ਮਾਂ ਪਿਓ ਨੂੰ ਮਿਹਰਬਾਨੀ ਕਰਕੇ 6 ਮਹੀਨੇ ਦੀ ਤਾਂ ਜੇਲ੍ਹ ਲਾਜ਼ਮੀ ਘੁੰਮਾ ਦਿਓ। ਸ਼ਾਇਦ ਕਿਸੇ ਜਿਹੜੇ ਅਣਜਾਣ ਲੋਕ ਨੇ ਜਾਂ ਬੇਗੁਨਾਹ ਲੋਕ ਨੇ ਉਹਨਾਂ ਲੋਕਾਂ ਦੀ ਜਾਨਾਂ ਬਚ ਜਾਣ, ਨਹੀਂ ਤਾਂ ਇਹਨਾਂ ਨੇ ਮੌਤ ਦਾ ਤਾਂਡਵ ਅਸੀਂ ਨਚਾਉਣਾ। ਬਿਲਕੁਲ, ਅੱਜ ਦੇ ਸਮੇਂ ਦੇ ਵਿੱਚ ਜ਼ਰੂਰਤ ਤਾਂ ਹੈ, ਕਿਉਂਕਿ ਹੁਣ ਤਾਂ ਗੱਲ ਇੱਦਾਂ ਆ ਜਾਂਦੀ ਹੈ ਕਿ 350 ਦੀ 350 CC, 400 CC, 500 CC, ਕਿ ਕਰਨਾ ਤਾਂ ਕੁਛ ਨਹੀਂ, ਕਰਨਾ ਹੀ ਘੁਮਾਉਣਾ ਹੁੰਦਾ। ਨਾ ਘੁਮਾਉਣਾ ਕੀ, ਚਾਹੇ ਕਾਰ ਦਾ ਇੰਜਣ ਲਾ ਲਓ, ਮੋਟਰਸਾਈਕਲ 'ਤੇ ਬਸੇਰਾ ਦਬਲ ਲੂਗਾ, ਉਹਨੂੰ ਕੀ ਤੰਗੀ ਲੱਗਦੀ ਹੈ, ਭਜਾ ਲੂ। ਬੈਲੈਂਸ ਕਰਨਾ ਕੋਈ ਔਖਾ ਨਹੀਂ ਹੈ, ਜਿਹੜੀ ਅਚਨਚੇਤ ਮੂਹਰੋਂ ਔਕੜ ਆਉਣੀ ਹੈ, ਕਿਉਂਕਿ ਸਾਡੀਆਂ ਸੜਕਾਂ ਇਸ ਲਾਇਕ ਨਹੀਂ ਹੈਗੀਆਂ ਹਾਲੇ। ਸਾਡ ਤਾਂ 20-30 ਕਿਲੋਮੀਟਰ ਤੋਂ ਵੱਧ ਦੀ ਸਪੀਡ ਲਾਇਕ ਨਹੀਂ। ਔਰ ਸਿਤਮ ਗੱਲ ਇਸ ਗੱਲ ਦੀ ਹੈ, ਕੋਈ ਸਾਡੀ ਰੋਡ 100 ਕਿਲੋਮੀਟਰ ਦੇ ਉੱਪਰ ਚੱਲਣ ਦੀ ਪਰਮਿਸ਼ਨ ਨਹੀਂ ਦਿੰਦੀ, ਉਹ ਵੀ ਹਾਈਵੇ ਦਿੰਦੀ ਹੈ 100 ਕਿਲੋਮੀਟਰ ਸਪੀਡ। ਅਤੇ ਗੱਡੀਆਂ ਸਾਡੀਆਂ ਉਹ ਆਉਂਦੀਆਂ ਨੇ ਜਿਹਦਾ ਟੋਪ ਗੇਅਰ 90 'ਤੇ ਜਾ ਕੇ ਲੱਗਦਾ। ਕੀ ਗੌਰਮੈਂਟ ਦੀਆਂ ਪੋਲਿਸੀਆਂ ਨੇ ਇਹ? ਇੱਥੇ ਰੱਖੋ ਨਾ 30-40 ਵਾਲੀ ਕਾਰ, ਵੀ ਇਦੋਂ ਵੱਧ ਭੱਜੇ ਹੀ ਨਾ, ਭੱਜੇ ਹੀ ਨਾ, ਰੇਸ ਬੰਨ ਕੇ ਰੱਖੋ। ਮੈਂ ਕਿਸੇ ਟਾਈਮ 'ਚ ਅੰਬੈਸਡਰ 'ਤੇ ਫੀਅਟ ਚਲਾਉਂਦਾ ਰਿਹਾ, ਉਹ ਜਦੋਂ 60 ਤੋਂ ਸਪੀਡ ਉੱਤੇ ਕਰਦੇ ਸੀ ਨਾ, ਐਂ ਸਾਰੀ ਹਿੱਲਣ ਲੱਗ ਜਾਂਦੇ ਸੀ, ਡਰ ਕੇ ਰੌਲੀ ਕਰ ਲੈਂਦੇ ਤੇ ਕਦੇ ਟਾਕੀ ਨਾ ਖੁੱਲ ਕੇ ਦਲੀ ਗਿਰ ਜਾਵੇ ਦਲੇ ਪਾਸ ਨੂੰ। ਬਿਲਕੁਲ, ਤੇ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਦਿੱਤੇ। ਕਈਆਂ ਨੂੰ ਗੱਲਾਂ ਚੁੱਭੀਆਂ ਹੋਣਗੀਆਂ, ਪਰ ਗੱਲ ਇੱਦਾਂ ਆ ਜਾਂਦੀ ਹੈ ਕਿ ਵਿਚਾਰ ਕਰਨੀ ਜ਼ਰੂਰੀ ਹੈ ਅੱਜ ਦੇ ਸਮੇਂ ਦੇ। ਜਾਨ ਕਹਿੰਦੇ ਜ਼ਿੰਦਗੀ ਕਿਹੜਾ ਦੁਬਾਰਾ ਮਿਲਣੀ ਹੈ, ਕਿ ਜ਼ਿੰਦਗੀ ਦਾ ਜਾਮ ਆ ਨਾ ਜਿਹੜਾ, ਇਹ ਫਿਰ ਪਤਾ ਨਹੀਂ ਕਦੋਂ ਪੀਤਾ ਜਾਂਦਾ ਹੈ। ਇਸ ਕਰਕੇ ਨਾ ਕਿਸੇ ਦੀ ਜ਼ਿੰਦਗੀ ਦੇ ਨਾਲ ਖੇਡੋ, ਨਾ ਆਪਣੇ ਬੱਚੇ ਦੀ ਜ਼ਿੰਦਗੀ ਦੇ ਨਾਲ ਖੇਡੋ। ਜਿੱਦਾਂ ਨੇ ਜਿੱਦ ਤਾਂ ਨਿਆਣਾ ਕਰਦਾ ਹੀ ਹੁੰਦਾ, ਜਦ ਪਤਾ ਹੁੰਦਾ ਨਾ ਕਿ 4 ਦਿਨ ਬਾਅਦ ਚੀਜ਼ ਟੁੱਟ ਜਾਂਦੀ ਹੈ, ਇਹ ਤਾਂ ਆਪਾਂ ਨੂੰ ਹੀ ਪਤਾ, ਕਿਉਂਕਿ ਆਪਾਂ ਵੀ ਜ਼ਿੰਦਗੀ ਖੜਾਈ ਹੁੰਦੀ ਹੈ। ਉਮੀਦ ਇਹ ਰੱਖਾਂਗੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋਗੇ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਤਦ ਤੱਕ ਲਈ ਮੈਨੂੰ ਜਾਣੀ ਹਰਵਿੰਦਰ ਖੰਨਾ ਨੂੰ ਤੁਸੀਂ ਜ਼ਿਆਦਾ ਦੇ ਦਿਓ ਰਹਿਮੰਡੇ। ਧੰਨਵਾਦ।